दोहरा श्री सतगुर और सिमर कर। इधर सुनो खर सही सतगुरु जी ने हृदय च ध्या के अपनो एक सवाल। महाराज जी ने सतसंग जी एक सवाल चेते कीता। वो केड़ा सवाल सी? बहादुर शाह ने वादा किया कि तेनू राज गद्दी दिने, दिल्ली का तख्त दिने। ये शरण आया सी नंद लाल द्वारा, महाराज मेरे ते कृपा करो। सतगुरु जी कहते तेनू दिल्ली का तख्त देवे तो भरा नू आप मारांगे। पिछे प्रसंग आप सारे सुने हैं। आप तीरां दे दो दे नाल सच्चे पाशाह तारा आजम लद्दिया है, पर साडा एक बचन पूरा कर दी। जो जित हुंदी होई हुंदी दिखी फिर भी मुकर गया सी मन विच भी शायद जे औखा सवाल पाउणगे मैं मुकर जूंगा। फिर हार होण लगी, फिर भाई धर्म सिंह तो नाले तां अरदास कराई, द्वारा फिर भाई नंद लाल नू भेजिया। महाराज कहिंदे उहनू तुरक नू पुछो, दिल विच खटियाई नहीं उहदे, जाओ जाके उहदी हथ दी लिखत लै के आओ। हाकम राय अहलकार सी नाले इहदा मामा बहादुर शाह दा, दुबारा हथ दी लिखत लै के महाराज नू दित्ती। महाराज जो तुसीं कहोगे एक बचन जरूर पूरा करेगा बहादुर शाह। महाराज ने सतसंग की बचन पूरा करवाउणा सी, भाव इह सी कि पंजाब विच नेरियां ना आउण, तूफान ना आउण, प्रजा दा नुकसान ना होवे। जिहड़े पापी लोक ने जुर्म करन वाले श्रेई वजीदे वर्गे जिन पत्थर दिल जिन्हां ने साहिबजादिआं नूं शहीद कर दित्ता, उह समाणे दा सिजद जी ने उह नहीं देखिआ। गुरु तेग बहादुर साहिब जी निरवैर सारे धर्म भारत दे वश दी रक्षा करन वाले, उन्हां ते तलवार वाही। इहे जे जिहड़े लोक सी इन्हां नूं सतसंग जी महाराज कहिंदे सी साडे कोल भेजदे, असीं इहनां नूं जो मर्जी कर दईए, इही साडा सवाल है। ਇਹ ਸਵਾਰ ਮਹਾਰਾਜ ਸਤਿ ਚੇਤੇ ਕਰਕੇ ਅੱਜ ਇਹਨੂੰ ਤਖ਼ਤ 'ਤੇ ਬਹਾ ਕੇ ਪੂਰੀ ਪਾਤਸ਼ਾਹੀ ਦੇ ਕੇ ਅੱਜ ਸੱਚੇ ਪਾਤਸ਼ਾਹ ਚਿਤਵਦੇ ਨੇ ਕਿ ਬਹਾਦਰ ਸ਼ਾਹ ਤੋਂ ਇਹ ਸਵਾਲ ਪੂਰਾ ਕਰਾਈਏ, ਵਜੀਦੇ ਨੂੰ ਪਕੜੀਏ। ਨੰਦ ਲਾਲ ਜਿਤਿਆ ਪਰ ਕੋ, ਉਸ ਵੇਲੇ ਮਹਾਰਾਜ ਜੀ ਨੇ ਨੰਦ ਲਾਲ ਨੂੰ ਬੁਲਾਇਆ, ਕਹਿਓ ਸੁਣਾਏ ਹਵਾਲ, ਆਪਣਾ ਸਾਰਾ ਹਾਲ ਦੱਸਿਆ ਦਸਵੇਂ ਪਾਤਸ਼ਾਹ ਨੇ। ਚੌਪਈ ਮਾਤਲ ਹੋ ਤੋ ਸ਼ਾਹ ਕੋ ਜੋਏ, ਇਹ ਜਿਹੜਾ ਮਾਮਾ ਸੀ ਬਾਦਸ਼ਾਹ ਬਹਾਦਰ ਸ਼ਾਹ ਦਾ, ਹਾਕਮ ਰਾਏ ਸਾਂਗਿਨ ਦੋਏ, ਇੱਕ ਹਾਕਮ ਰਾਏ ਸੀ, ਤਿੰਨੇ ਵਿਚੋਲੇ ਸਨ, ਕਹਿਓ ਇਹਨੂੰ ਸੋ ਦਿਹੋ ਸਮਝਾਈ। ਮਹਾਰਾਜ ਇਹਨਾਂ ਨੂੰ ਕਹਿੰਦੇ ਸਮਝਾ ਦਿਓ ਹੁਣ ਬਹਾਦਰ ਸ਼ਾਹ ਨੂੰ, ਜੋ ਆਪਣੇ ਕਰ ਲਿਖਤ ਪਠਾਈ, ਜਿਹੜੀ ਆਪਣੇ ਹੱਥੀਂ ਲਿਖਤ ਦਿੱਤੀ ਹੋਈ ਆ ਸਾਨੂੰ, ਕਿ ਇੱਕ ਸਵਾਲ ਮੈਂ ਪੂਰਾ ਕਰਾਂਗਾ। ਸੋ ਦੀ ਜੈ ਹਮਰੋ ਇੱਕ ਸਵਾਲ, ਉਹ ਸਾਡਾ ਸਵਾਲ ਪੂਰਾ ਕਰੇ, ਜਿਸ ਤੇ ਸਲਤਨ ਲਈ ਵਸਾਲ, ਜਿਸ ਕਰਕੇ ਸਾਡੇ ਕੋਲੋਂ ਪਾਤਸ਼ਾਹੀ ਲਈ ਹੈ। ਕਰਿਓ ਪ੍ਰਥਮ ਕੋ ਅਵੇ ਸੰਭਾਰੋ, ਪਹਿਲਾਂ ਜਿਹੜੀ ਵਾਅਦਾ ਕੀਤਾ ਹੈ ਉਹ ਚੇਤੇ ਕਰੋ। ਹਮੋ ਕਹਿਓ ਤੁਮ ਨਾਹੇ ਨਾ ਚਿਤਾਰੋ, ਹਮੋ ਕਹਿਓ ਤੁਮ ਨਾਹੇ ਨਾ ਚਿਤਾਰੋ, ਅਸੀਂ ਕਿਹਾ ਹੈ ਇਹ ਨਾ ਤੁਸੀਂ ਬਹਾਦਰ ਸ਼ਾਹ ਨੂੰ ਜਾ ਕੇ ਕਹੋ, ਤੁਸੀਂ ਆਪ ਹੀ ਵਿਚੋਲੇ ਹੋ, ਆਪਣੇ ਆਪ ਹੀ ਬਾਦਸ਼ਾਹ ਨੂੰ ਕਹੋ ਕਿ ਦਸਵੇਂ ਪਾਤਸ਼ਾਹ ਦਾ ਸਵਾਲ ਪੂਰਾ ਕਰੇ ਬਾਦਸ਼ਾਹ। ਸ਼੍ਰੀ ਮੁਖ ਤੇ ਸੁਣ ਤੀਨੋ ਸਾਚੀ, ਸਤਵੇਂ ਪਾਤਸ਼ਾਹ ਤੋਂ ਸੁਣ ਕੇ ਸੁਨੇਹਾ, ਇਹ ਤਿੰਨੇ ਕਹਿਣ ਲੱਗੇ ਜੀ ਬਾਤ ਤੋਂ ਸੱਚੀ ਆ, ਅਸੀਂ ਕਹਿੰਦੇ ਹਾਂ ਹੈ ਸਭ ਨਿਹਚੈ ਤੈਨੋ ਉਬਾਚੀ, ਜੋ ਮਹਾਰਾਜ ਉਸਨੇ ਵਾਅਦਾ ਕੀਤਾ ਨਿਹਚਾ ਹੈ, ਠੀਕ ਹੈ। ਮਿਲ ਕਰ ਸ਼ਾਹੋ ਨਿਕਟ ਚੱਲ ਗਏ, ਤਿੰਨੇ ਹਾਕਮ ਰਾਏ ਤੇ ਇਹਦਾ ਬਹਾਦਰ ਸ਼ਾਹ ਦਾ ਮਾਮਾ ਤੇ ਨੰਦ ਲਾਲ, ਤਿੰਨੇ ਬਹਾਦਰ ਸ਼ਾਹ ਕੋਲੇ ਗਏ, ਇਸਲੀ ਮਾਤ ਘਰੀ ਥਿਰ ਪਏ, ਜਾ ਕੇ ਸਲਾਮਾਂ ਲੇਖਣ ਨੂੰ ਕਹਿ ਕੇ ਬੈਠਦੇ ਪਏ। ਪ੍ਰਥਮ ਪ੍ਰਸੰਗ ਸੰਗ ਗੁਰ ਕੇਰਾ, ਪਹਿਲਾਂ ਸਤਸੰਗ ਸਤਗੁਰਾਂ ਦਾ ਪ੍ਰਸੰਗ ਤੋਰਿਆ, ਕਰਿਓ ਸੁਨਾਵਨ ਕੋ ਤਿਸ ਬੇਰਾ, ਉਸ ਵੇਲੇ ਸਭ ਸੁਣਾਇਆ, ਪੂਰਬ ਮੁਖ ਤੇ ਹੀ ਕਹਿ ਦੀਨ, ਪਹਿਲਾਂ ਮੂੰਹੋਂ ਕਹਿ ਦਿੱਤਾ, ਹੁਣ ਪ੍ਰਭ ਨੇ ਲਿਖਾਏ ਕਰ ਲੀਨ, ਹੇ ਬਾਦਸ਼ਾਹ ਜਿਸ ਵੇਲੇ ਤੇਰੀ ਜਿੱਤ ਹੋਈ ਹੈ ਤੂੰ ਹੱਥੀ ਲਿਖਤ ਦਿੱਤੀ ਸੀ ਕਿ ਨਹੀਂ ਮਹਾਰਾਜ ਨੂੰ, ਕਿ ਜੋ ਮਹਾਰਾਜ ਤੁਸੀਂ ਕੋਈ ਇੱਕ ਮੈਨੂੰ ਸਵਾਲ ਪਾਵੋਗੇ ਮੈਂ ਤੁਹਾਡਾ ਬਚਨ ਮੰਨਾਂਗਾ ਪੂਰਾ ਕਰਾਂਗਾ। ਅਬ ਲੋ ਜੇਕਰ ਨਹੀਂ ਕੁਛ ਕਰਿਓ, ਹੁਣ ਤੱਕ ਦਸਵੇਂ ਪਾਤਸ਼ਾਹ ਨੇ ਤਾਂ ਕੋਈ ਗੱਲ ਨਹੀਂ ਕਰੀ, ਜਬ ਤੂੰ ਪੀਨਾ ਸਿਮਰਨ ਧਰਿਓ, ਤੂੰ ਹੀ ਭੁੱਲ ਗਿਆ ਬਾਦਸ਼ਾਹੀ ਪ੍ਰਾਪਤ ਕਰਕੇ ਮਹਾਰਾਜ ਦਾ ਬਚਨ ਪੂਰਾ ਕਰ, ਤਬ ਗੁਰ ਹਮੇ ਹਕਾਰ ਚਿਤਾਰਿਓ, ਸਤਿਗੁਰਾਂ ਨੇ ਹੁਣ ਸਾਨੂੰ ਚੇਤੇ ਕਰਾਇਆ, ਇੱਕ ਸਵਾਲ ਦਿਹੋ ਪੂਰ ਉਚਾਰਿਓ, ਹੁਣ ਉਹਨਾਂ ਨੇ ਕਿਹਾ ਵੀ ਸਾਡਾ ਇੱਕ ਸਵਾਲ ਪੂਰਾ ਕਰੇ ਬਾਦਸ਼ਾਹ। ਤੁਮਕੋ ਪੀ ਬਣਿਆ ਵੈਸੇ, ਕਿੰਨੇ ਕਹਿਣ ਲੱਗੇ ਬਾਦਸ਼ਾਹ ਹੁਣ ਤੇਰਾ ਵੀ ਫਰਜ਼ ਬਣਦਾ, ਮਹਾਰਾਜ ਨੂੰ ਬੇਨਤੀ ਕਰਨੀ, ਦੱਸੋ ਜੀ ਮੈਂ ਕੀ ਹੁਕਮ ਮੰਨਾ ਤੁਹਾਡਾ। ਸਤਿਗੁਰ ਰਹੇ ਹਰਖ ਜੁਤ ਜੈਸੇ, ਜਿਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਖੁਸ਼ ਰਹਿਣ, ਆਪਣੋ ਭਨਿਓ ਪੂਰ ਕਰ ਦੀ ਜੈ, ਜਿਹੜਾ ਆਪਣਾ ਬਚਨ ਕਿਹਾ ਹੋਇਆ ਨੂੰ ਪੂਰਾ ਕਰਦੇ, ਲੋਕ ਪਰਲੋਕ ਆਨੰਦ ਖੋਲੀ ਜੈ, ਲੋਕ ਪਰਲੋਕ ਦਾ ਸੁਖ ਮਾਣੇਗਾ। ਸੁਣ ਕੇ ਸ਼ਾਹੋ ਬਹਾਦਰ ਭਾਖਾ, ਬਹਾਦਰ ਸ਼ਾਹ ਨੇ ਸੁਣ ਕੇ ਕਿਹਾ, ਦੇਹੋ ਸਵਾਲ ਮੋਹੇ ਅਭਲਾਖਾ, ਮੇਰੀ ਵੀ ਇੱਛਾ ਹੈ ਗੁਰੂ ਸਾਹਿਬ ਦਾ ਜਿਹੜਾ ਨਾਲ ਬਚਨ ਕੀਤਾ ਮੈਂ ਪੂਰਾ ਕਰਦਿਆਂ, ਲਖੋ ਪ੍ਰੰਤ ਜੋ ਹੋਏ ਸੁਖਾਰੋ, ਪਰ ਮੈਂ ਇਉਂ ਦੇਖਦਾ
ਕੀ ਪਤਾ ਮਹਾਰਾਜ ਮੈਨੂੰ ਕੀ ਸਵਾਲ ਪਾ ਦੇਣਗੇ, ਜੇ ਤਾਂ ਹੋਇਆ ਕੋਈ ਸਖਾਲਾ ਹੀ ਫਿਰ ਤਾਂ ਕਰ ਦੂੰ ਪੂਰਾ, ਜੇ ਕੋਈ ਬਹੁਤਾ ਔਖਾ ਸਵਾਲ ਪਾਇਆ ਫਿਰ ਮੈਤੋਂ ਮੈਨੂੰ ਮੁਸ਼ਕਲ ਹੈ। ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਕੋਈ ਸਤ ਸੰਗਤ ਜੀ, ਬੜੇ ਭਾਰੀ ਪ੍ਰਸੰਗ ਆਉਂਦੇ ਆ ਸ਼ਾਸਤਰਾਂ 'ਚ, ਕਾਂ ਉੱਡਿਆ ਜਾਂਦਾ ਸੀ ਆਕਾਸ਼ ਵਿੱਚ, ਰਾਣੀ ਮਹਿਲਾਂ ਦੇ ਵਿਹੜੇ 'ਚ ਬੈਠੀ, ਉਹ ਬਿੱਠ ਕਰ ਗਿਆ। ਹੁਣ ਜਾਨਵਰ ਸਤਸੰਗ ਉੜੇ ਜਾਂਦੇ ਬਿੱਠ ਕਰ ਹੀ ਜਾਂਦੇ ਨੇ, ਰਾਣੀ ਨੇ ਜਦ ਬਿੱਠ ਦੇਖ ਲਈ ਸਿਰ ਦੇ ਉੱਤੇ, ਉਹ ਤਾਂ ਗੁੱਸੇ ਹੋ ਕੇ ਪੈ ਗਈ। ਸ਼ਾਮ ਨੂੰ ਆਇਆ ਬਾਦਸ਼ਾਹ, ਕਹਿੰਦੇ ਰਾਣੀ ਕੀ ਕਾਰਨ ਹੈ, ਦੂਜੀਆਂ ਰਾਣੀਆਂ ਲੜ ਪਈਆਂ, ਕੀ ਹੋ ਗਿਆ, ਗੁੱਸੇ ਕਿਉਂ ਹੈ? ਕਹਿੰਦੀ ਗੁੱਸੇ ਮੈਂ ਤੇਰੇ ਨਾਲ ਹੀ ਹਾਂ, ਸਵਾਹ ਤੇਰਾ ਤਪ ਤੇਜ, ਤੂੰ ਰਾਜਾ ਕਾਹਦਾ, ਮੇਰੇ 'ਤੇ ਕੌਂ ਬਿੱਠ ਕਰ ਜੇ? ਕਹਿੰਦਾ ਉਹ ਹੋ, ਕਹਿੰਦਾ ਜਾਨਵਰ ਤਾਂ ਉੱਥੋਂ ਤੇ ਸਿੱਧੂੜੇ ਜਾਂਦੇ ਕਰਦੇ ਹੀ ਰਹਿੰਦੇ ਨੇ, ਇਹ ਕਾਹਦਾ? ਕਹਿੰਦੇ ਨਹੀਂ, ਪੁੱਛ ਜਾ ਕੇ ਸਾਰਿਆਂ ਜਾਨਵਰਾਂ ਨਾਲੋਂ ਕਾਣਾ ਕੌਂ ਸਿਆਣਾ ਹੈ, ਉਹਨੂੰ ਸਭ ਪਤਾ ਵੀ ਇੱਥੇ ਰਾਣੀ ਬੈਠੀ ਅਤੇ ਰਾਜਾ ਬੈਠਾ, ਆਹ ਚੰਗਾ ਥਾਂ ਆ ਮਾੜਾ। ਕਹਿੰਦੀ ਮੈਂ ਇਹੀ ਜੀ ਨਿਖਿੱਧ ਮੇਰੀ ਬੇਇੱਜ਼ਤੀ ਹੋਵਾਂ ਰਾਣੀ ਸਾਰੇ ਸੰਸਾਰ ਦੀ, ਅਤੇ ਮੇਰੇ 'ਤੇ ਕਾਂ ਗੰਦੀ ਬਿੱਠ ਕਰ ਜੇ? ਮੈਂ ਤਾਂ ਜਾਂ ਮਰ ਜੂੰਗੀ ਜਾਂ ਨਾ ਨਿਆਂ ਕਰਦੇ। ਰਾਜੇ ਨੂੰ ਤਾਂ ਪੈ ਗਿਆ ਗੱਲ 'ਚ ਫਾਹ, ਸੋਚਦਾ ਵੀ ਕੀ ਕਰਾਂ। ਕਹਿੰਦੀ ਕਾਮਾਂ ਨੂੰ ਪਕੜ, ਨੌਕਰਾਂ ਨੂੰ ਹੁਕਮ ਕਰਤਾ ਪੈ ਗਈ, ਬਿਪਤਾ ਜਾਲੀਆਂ ਲੈ ਕੇ ਕਾਂ ਤਾਂ ਇੱਕ ਫੜਨਾ ਹੀ ਔਖਾ ਹੋ ਜਾਂਦਾ। ਦਿਹਾੜੀ ਸਤਸੰਗ ਜੀ ਬੜੇ ਭਾਰੀ ਔਖੇ ਸੌਖੇ ਕਾਂ ਕੁਝ ਫੜੇ, 200-400 ਫੜੇ। ਜਦੋਂ ਸਤਸੰਗ ਜੀ ਫੜ ਕੇ ਅਗਲੇ ਦਿਨ ਕਚਹਿਰੀ 'ਚ ਕਹਿੰਦੇ ਹਾਜ਼ਰ ਕੀਤੇ, ਉਂਗਣ 'ਤੇ ਡਿੱਗ ਪੈਣ, ਅੱਖਾਂ ਜੀਆਂ ਮੀਚਣ ਡਿੱਗ ਪੈਣ। ਰਾਜਾ ਕਹਿੰਦਾ ਓਏ ਤੁਸੀਂ ਮੁਰਜੋਵੋ, ਸਾਵਧਾਨ ਹੋਵੋ, ਕੀ ਕਾਰਨ ਹੈ, ਤੁਸੀਂ ਗਰਦਨਾਂ ਜੀਆਂ ਢਾਣੀਆਂ ਕਰਦੇ ਹੋ। ਕਹਿੰਦੇ ਬਾਦਸ਼ਾਹ ਰਾਤ ਸੁੱਤੇ ਨਹੀਂ ਅਸੀਂ, ਕਾਰਨ ਕੀ? ਕਹਿੰਦੇ ਤੇਰੀ ਕਿਰਪਾ ਹੋ ਗਈ, ਅਸੀਂ ਭਰਾ ਸਬੱਬਾਂ ਇਕੱਠੇ ਹੋਏ ਸੀਗੇ, ਰਾਤ ਖੁਸ਼ੀ ਨਾਲ ਗੱਲਾਂ ਬਾਤਾਂ ਹੀ ਬੜੀਆਂ ਕੀਤੀਆਂ। ਕਹਿੰਦੇ ਕੀ? ਕਹਿੰਦੇ ਰਾਤ ਅਸੀਂ ਗੱਲਾਂ ਬਾਤਾਂ ਕੀਤੀਆਂ ਬਈ ਆਪਾਂ ਗਿਣਤੀ ਮਿਣਤੀ ਕਰੀਏ, ਉੱਡਦੇ ਰਹਿੰਦੇ ਹਾਂ ਬਈ ਸੰਸਾਰ 'ਚ ਆਦਮੀ ਜ਼ਿਆਦੇ ਆ ਕਿ ਇਸਤਰੀਆਂ ਜ਼ਿਆਦੇ ਨੇ? ਕਹਿੰਦੇ ਫਿਰ ਤੁਸੀਂ ਕੀ ਹਿਸਾਬ ਲਾਇਆ? ਕਹਿੰਦੇ ਇਸ ਤਰ੍ਹਾਂ ਹਿਸਾਬ ਲਾਇਆ ਵੀ ਇਸਤਰੀਆਂ ਜ਼ਿਆਦੇ ਨੇ, ਆਦਮੀ ਘੱਟ ਨੇ। ਕਹਿੰਦੇ ਉਹ ਤਾਂ ਖੁਦਾ ਨੇ ਪਰਮੇਸ਼ਰ ਨੇ ਜਿੰਨੇ ਆਦਮੀ ਉਨੇ ਇਸਤਰੀਆਂ ਪੈਦਾ ਕੀਤੀਆਂ, ਤੁਸੀਂ ਕਿਵੇਂ ਵਧਾਤੀਆਂ ਇਸਤਰੀਆਂ? ਕਹਿੰਦੇ ਅਸੀਂ ਜਿਹੜੇ ਇਸਤਰੀਆਂ ਦੇ ਕਹੇ ਲੱਗਣ ਉਹ ਇਸਤਰੀਆਂ 'ਚ ਹੀ ਗਿਣਤੀ 'ਚ ਰੱਖੇ ਨੇ, ਮਰਦ ਨਹੀਂ ਮੰਨੇ। ਕਹਿੰਦੇ ਅਸੀਂ ਅਚਨਚੇਤ ਹੁਣ ਉੱਡਿਆ ਜਾਂਦਾ ਜਾਨਵਰ ਅਤੇ ਕਿਰਿਆ ਕਰ ਦਿੱਤੀ, ਸਾਨੂੰ ਕੀ ਪਤਾ ਵੀ ਰਾਣੀ ਆ ਕੌਣ ਹੈ ਥੱਲੇ? ਕਹਿੰਦਾ ਛੱਡੋ 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 ਇਹਨਾਂ ਨੂੰ, ਜਦੋਂ ਸਤਸੰਗ ਜੀ ਰਿਹਾ ਕਰ ਦਿੱਤੇ। ਅਗਲੇ ਦਿਨ ਰਾਣੀ ਨੂੰ ਪਤਾ ਲੱਗਿਆ, ਫਿਰ ਗੁੱਸੇ ਹੋ ਗਈ, ਕਹਿੰਦੀ ਮੈਂ ਤਾਂ ਮਰ ਜੂੰ, ਫਿਰ ਤੂੰ ਆਪਦੇ ਕਾਮਾਂ ਨੂੰ ਸਾਂਭ ਲਾ। ਅਗਲੇ ਦਿਨ ਫਿਰ ਤੀਜੇ ਦਿਨ ਸਤਸੰਗ ਜੀ ਕਹਿੰਦਾ ਕਰੋ ਕੈਦ ਇਹਨਾਂ ਨੂੰ। ਜਿਸ ਵੇਲੇ ਸਤਸੰਗ ਜੀ ਫਿਰ ਕੈਦ ਕੀਤੇ, ਉਵੇਂ ਜਿਵੇਂ ਕਚਹਿਰੀ 'ਚ ਫਿਰ ਹਾਜ਼ਰ ਕੀਤੇ, ਕਹਿੰਦੇ ਕਿਉਂ ਬਈ ਅੱਜ ਵੀ ਸੌਂਦੇ ਹੋ? ਕਹਿੰਦੇ ਸੌਂਦੇ ਕਹਿੰਦਾ ਜੀ, ਰਾਤ ਹੋਰ ਵਿਚਾਰ ਚੱਲੀ ਸੀ ਸਾਡੀ। ਕਹਿੰਦੇ ਕੀ? ਕਹਿੰਦੇ ਵੀ ਦੁਨੀਆਂ ਦੇ ਉੱਤੇ ਜਿਤਨੇ ਜੀਵ ਨੇ, ਇਹਨਾਂ ਦੀਆਂ ਟੱਟੀ ਵਾਲੀਆਂ ਜਗ੍ਹਾ ਜ਼ਿਆਦੇ ਨੇ ਕਿ ਮੂੰਹ ਖਾਣ ਵਾਲੇ ਜ਼ਿਆਦੇ ਨੇ? ਕਹਿੰਦੇ ਵੀ ਇਹ ਤਾਂ ਬੜੀ ਅਸਚਰਜਤ ਆਈ ਹੈ, ਇਹ ਤਾਂ ਸਭ ਜੀਵਾਂ ਦੇ ਇੱਕ ਹੈ, ਇੱਕ ਖਾਣ ਵਾਲਾ, ਇੱਕ ਮਲ ਤਿਆਗਣ ਵਾਲੀ ਗੋਲਕਾਂ ਹੈਗੀਆਂ। ਕਹਿੰਦੇ ਤੁਸੀਂ ਕੀ ਮੰਨਿਆ? ਕਹਿੰਦੇ ਅਸੀਂ ਤਾਂ ਮਲ ਤਿਆਗਣ ਵਾਲੀ ਜਗ੍ਹਾ ਹੀ ਜ਼ਿਆਦੇ ਮੰਨੀ, ਮੂੰਹ ਲੋਕਾਂ ਦੇ ਬਹੁਤ ਘੱਟ ਨੇ। ਕਹਿੰਦੇ ਉਹ ਕਿਵੇਂ? ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਕਹਿੰਦੇ ਜਿਹੜਾ ਬਚਨ ਕਰਕੇ ਮੁੱਕਰ ਜੇ ਤਾਂ ਮੂੰਹ ਥੋੜ੍ਹਾ ਹੁੰਦਾ, ਉਹ ਤਾਂ ਮਲ ਤਿਆਗਣ ਵਾਲੀ ਉਹ ਜਗ੍ਹਾ ਹੀ ਹੁੰਦੀ ਹੈ। ਜਦ ਥੁੱਕਣ ਲੱਗ ਗਿਆ, ਕਹਿੰਦਾ ਚੜ੍ਹ ਦਿਓ ਭਾਵੇਂ ਮਰ ਜੇ ਰਾਣੀ, ਮੈਨੂੰ ਨਹੀਂ ਪਰਵਾਹ, ਮੈਂ ਤਾਂ ਕਹਿੰਦਾ ਮੇਰਾ ਮੂੰਹ ਹੈ, ਮੈਂ ਤਾਂ ਜੋ ਵਾਅਦਾ ਕੀਤਾ। ਇਉਂ ਸਾਧ ਸੰਗ ਜੀ, ਇਹ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਮੁੱਕਰ ਰਿਹਾ, ਇਹਦਾ ਮੂੰਹ ਤਾਂ ਨਹੀਂ ਨਾ ਹੈ। ਕਲਗੀਧਰ ਪਾਤਸ਼ਾਹ ਸੱਚ ਕਹਿ ਰਹੇ ਨੇ ਕਿ ਤੈਨੂੰ ਬਾਦਸ਼ਾਹੀ ਦਿੱਤੀ ਆ, ਇਸ ਤਾਂ ਜੜ੍ਹਾਂ ਪਟਤੀਆਂ ਸੀ ਤੁਰਕਾਂ ਦੀਆਂ, ਤੇ ਤੂੰ ਅੱਜ ਮੁੱਕਰ ਰਿਹਾ ਹੈ। ਲਖੋ ਪ੍ਰੰਤ ਜੋ ਹੋਏ ਸੁਖਾਰੋ। ਚੰਗਾ, ਬਾਦਸ਼ਾਹ ਸੋਚਦਾ ਹੈ, ਕਹਿੰਦਾ ਜੇ ਸੁਖਾਲਾ ਪ੍ਰਸ਼ਨ ਹੋਇਆ, ਮਾਰਾ ਸਵਾਲ ਉਹ ਪੂਰਾ ਕਰ ਦੂੰ। ਦੇਨ ਉਚਿਤ ਮਿਲ ਸਕਲ ਵਿਚਾਰੋ। ਅਸੀਂ ਮੈਂ ਇਕੱਠੇ ਹੋ ਕੇ ਨਾ ਵਜ਼ੀਰਾਂ ਦੇ ਨਾਲ ਮੈਂ ਵਿਚਾਰ ਕਰੂੰ ਕਿ ਕੋਈ ਚੀਜ਼ ਜੋ ਦੇਣੇ ਯੋਗ ਹੈ ਕਿ ਨਹੀਂ। ਹੋਏ ਪ੍ਰਾਤ ਗੁਰ ਕਰੋ ਨ ਹਕਾਰਨ। ਸਵੇਰ ਹੁੰਦਿਆਂ ਸਤਿਗੁਰਾਂ ਨੂੰ ਬੁਲਾਵਾਂਗਾ ਮੈਂ। ਸੁਣ ਲਈ ਜੈ ਤਿਨ ਕੇਰ ਉਚਾਰਨ। ਉਹਨਾਂ ਦੇ ਮੈਂ ਪੁੱਛ ਲਊਂਗਾ ਵੀ ਕੀ ਕਹਿੰਦੇ ਹੋ ਮਹਾਰਾਜ। ਪਿਛੇ ਦੇ ਬਹਿਤ ਉਚਾਰੈ। ਫਿਰ ਅਸੀਂ ਸਲਾਹ ਕਰਕੇ
ਉਹਨਾਂ ਦਾ ਪ੍ਰਸ਼ਨ ਮੰਨਣਾ ਹੈ ਉੱਤਰ ਕਿ ਨਹੀਂ ਇਹ ਦਸ ਵਿਚਾਰਾਂਗੇ ਗੁਰ ਕੇ ਔਰ ਪ੍ਰਸੰਨਤਾ ਧਾਰੇ ਫਿਰ ਗੁਰੂ ਸਾਹਿਬ ਦੇ ਹਿਰਦੇ ਚ ਪ੍ਰਸੰਨਤਾ ਕਰਾਂਗੇ ਇਮ ਕਹਿ ਕਰ ਸੋ ਦਿਵਸ ਬਤਾਇਓ ਜੋ ਕਹਿ ਕੇ ਉਹ ਦਿਨ ਬਤੀਤ ਕਰਤਾ ਟਾਲਤਾ ਬਾਦਸ਼ਾਹ ਨੇ ਭਈ ਪ੍ਰਭਾਤ ਦੀਵਾਨ ਲਗਾਇਓ ਜਦੋਂ ਸਵੇਰ ਹੋਈ ਇਹਨੇ ਕਚਹਿਰੀ ਲਾਈ ਇੱਕ ਉਮਰਾ ਬਹਕਾਰ ਨੇ ਆਏ ਇੱਕ ਅਹਿਲਕਾਰ ਆਇਆ ਮਹਾਰਾਜ ਨੂੰ ਬੁਲਾਉਣ ਸ੍ਰੀ ਗੁਰ ਚੱਲੀ ਹੈ ਸ਼ਾਹੋ ਬੁਲਾਏ ਇਹ ਮਹਾਰਾਜ ਚੱਲੋ ਬਾਦਸ਼ਾਹ ਬੁਲਾਉਂਦਾ ਹੈ ਔਰ ਉਹ ਕਰ ਗਏ ਗੁਸਾਈ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਪਹੁੰਚੇ ਫਿਰ ਉਮਰਾਵ ਪੁੰਜ ਜਿਸ ਥਾਈ ਜਿੱਥੇ ਬੜੇ ਭਾਰੀ ਸੈਨਾਪਤੀ ਅਹਿਲਕਾਰ ਸੂਬੇ ਬੈਠੇ ਸੀ ਕਚਹਿਰੀ ਵਿੱਚ ਸਕਲ ਨਿਮਰ ਹੋਏ ਕਰੀ ਸਲਾਮੂ ਸਾਰਿਆਂ ਨੇ ਸੱਚੇ ਪਾਤਸ਼ਾਹ ਨੇ ਅੱਗੇ ਨੂੰ ਨਮਸਕਾਰਾਂ ਕੀਤੀਆਂ ਜਾਏ ਪ੍ਰਵੇਸ਼ ਬੀਚ ਤਮਾਮੂ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਜਾ ਪ੍ਰਵੇਸ਼ ਹੋਏ ਸ਼ਾਹ ਨਮੋ ਕਰ ਨਿਕਟ ਬਿਠਾਏ ਬਾਦਸ਼ਾਹ ਨੇ ਵੀ ਸਤਸੰਗੀ ਮੱਥਾ ਟੇਕਿਆ ਉੱਠ ਕੇ ਮਹਾਰਾਜ ਨੂੰ ਉੱਚੀ ਚੌਂਕੀ ਤੇ ਬਹਾਇਆ ਚੰਦਨ ਕੀ ਚੌਂਕੀ ਸ਼ਬ ਪਾਏ ਬੜੀ ਸੋਹਣੀ ਚੰਦਨ ਦੀ ਚੌਂਕੀ ਹੈ ਉੱਤੇ ਵਸਤਰ ਕੱਢਿਆ ਹੋਇਆ ਵਿਛਾਇਆ ਆਪ ਜੀ ਉੱਤੇ ਸੋਭਾ ਪਾ ਰਹੇ ਨੇ ਪ੍ਰਥਮ ਪ੍ਰਸੰਗ ਜੰਗ ਕੋ ਕਨੇ ਪਹਿਲਾਂ ਜੰਗ ਦੇ ਪ੍ਰਸੰਗ ਤੋਰੇ ਆਦ ਅਨੰਦਪੁਰ ਸੁਨੇ ਸੁਪਨੇ ਜਿਵੇਂ ਅਨੰਦਪੁਰ ਸਾਹਿਬ ਜੰਗ ਹੋਏ ਚਮਕੌਰ ਸਾਹਿਬ ਜੰਗ ਹੋਏ ਭੰਗਾਣੀ ਦਾ ਜੰਗ ਹੋਇਆ ਸਭ ਮਹਾਰਾਜ ਨੇ ਦੱਸੇ ਸੁਣ ਸੁਣ ਗੁਰੂ ਵੀਰਤਾ ਭਾਰੀ ਗੁਰੂ ਸਾਹਿਬ ਦੀ ਸੂਰਮਤਾਈ ਦੇ ਬਚਨ ਸੁਣ ਸੁਣ ਕੇ ਸਰਬ ਸਰਾਹਤ ਸਭਾ ਮਜਾਰੀ ਕਚਹਿਰੀ ਸਾਰੇ ਆਸ਼ਾਸ਼ਕਾਰ ਉੱਠੇ ਸਭ ਸਤਸੰਗ ਦੀ ਮਹਿਮਾ ਕਰਦੇ ਨੇ ਬਹੁਰ ਬਹਾਦਰ ਸ਼ਾਹ ਉਚਾਰਾ ਫੇਰ ਬਹਾਦਰ ਸ਼ਾਹ ਨੇ ਬਚਨ ਕਹੇ ਕਹੀਏ ਆਪਣੋ ਸਵਾਲ ਉਦਾਰਾ ਅੱਛਾ ਮਹਾਰਾਜ ਜੀ ਤੁਸੀਂ ਦੱਸੋ ਕੀ ਸਵਾਲ ਮੇਰੇ ਕੋਲੋਂ ਪੂਰਾ ਕਰਾਉਣਾ ਜਬ ਅਮਰਾਵ ਸਭਾ ਸਦ ਗਏ ਜਦੋਂ ਸਤਸੰਗ ਜੀ ਮਹਾਰਾਜ ਕਹਿੰਦੇ ਚੰਗਾ ਇਉਂ ਕਰ ਕਚਹਿਰੀ ਨੂੰ ਬਰਖਾਸਤ ਕਰਦੇ ਖਾਸ ਖਾਸ ਬੰਦੇ ਆਪਣੇ ਰੱਖ ਲੈ ਕੋਲੇ ਫਿਰ ਤੈਨੂੰ ਦੱਸਦੇ ਹਾਂ ਪੁੱਛਣ ਤੇ ਗੁਰ ਭਾਗਤ ਭਏ ਜਦੋਂ ਫਿਰ ਪੁੱਛਿਆ ਮਹਾਰਾਜ ਕਹਿੰਦੇ ਭਏ ਬਹਾਦਰ ਸ਼ਾਹ ਨੂੰ ਹਿੰਦਵਾਨੇ ਸੰਗ ਦਰੋਹ ਕਰਤੇ ਕਹਿਣ ਲੱਗੇ ਬਾਦਸ਼ਾਹ ਜਿੰਨੇ ਹਿੰਦਵਾਸੀ ਲੋਕ ਨੇ ਇਹਨਾਂ ਦਾ ਰੱਤ ਪੀਤੀ ਹੈ ਜਿਨ੍ਹਾਂ ਲੋਕਾਂ ਨੇ ਖੂਨ ਪੀਤਾ ਹੈ ਤੋਹੇ ਪਦਰ ਕੋ ਬਹੁ ਬਹਿਕੰਤੇ ਤੇਰੇ ਪਿਤਾ ਨੂੰ ਭੜਕਾਉਂਦੇ ਰਹੇ ਬੜੇ ਬੜੇ ਤਵਸਵੀ ਮਲਾਣੇ ਕਾਜੀ ਜ਼ੁਲਮੀ ਕਰਤ ਰਹੇ ਬਹੁ ਭਾਰੀ ਬੜੀ ਭਾਰੀ ਇਹਨਾਂ ਨੇ ਜ਼ੁਲਮ ਦੀਆਂ ਬਾਤਾਂ ਕੀਤੀਆਂ ਜ਼ੁਲਮ ਕੀਤਾ ਹੈ ਪਿਤਾ ਹਮਾਰੇ ਸੋ ਦੁਰਚਾਰੀ ਹੋਰ ਤਾਂ ਹੋਰ ਸਾਡੇ ਪਿਤਾ ਜੀ ਨੇ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਬੜਾ ਭਾਰੀ ਉਹਨਾਂ ਨਾਲ ਜ਼ੁਲਮ ਕੀਤਾ ਦੇ ਜੇ ਆਦਿਕ ਸੋ ਬੁਰਾ ਕਰਨ ਤੇ ਜਿੰਨੇ ਬ੍ਰਹਮਣ ਆਦਿਕ ਸੀ ਉਹਨਾਂ ਦੇ ਮੂੰਹ ਪੀਕ ਦਾਨੀਆਂ ਬਣਾਏ ਹੋਏ ਸੀ ਬ੍ਰਾਹਮਣ ਨੂੰ ਕੋਲੇ ਮੁਸਲਮਾਨ ਨੇ ਬਿਠਾ ਲੈਣਾ ਅਫਸਰ ਨੇ ਇਹਨਾਂ ਦਾ ਸੁਭਾਅ ਗਾਲੀ ਕਰੀ ਜਾਂਦੇ ਆ ਕੋਈ ਪਾਨ ਚੱਬਦਾ ਕੋਈ ਧੂੰਆਂ ਗੰਦਾ ਕਰਦਾ ਜੋ ਥੁੱਕ ਆਉਣਾ ਬ੍ਰਾਹਮਣ ਨੂੰ ਕਹਿੰਦਾ ਮੂੰਹ ਅੱਡ ਹੋਏ ਉਹਦੇ ਮੂੰਹ 'ਚ ਸੱਚ ਨਹੀਂ ਥੁੱਕ ਦੇਣਾ ਜਾਂ ਹੁਣ ਤੂੰ ਬਾਹਰ ਥੁੱਕਿਆ ਇਹੀ ਜਿਹੀ ਹਾਲਤ ਕੀਤੀ ਹੋਈ ਸੀ ਬੀਜ ਸ਼ਰਾ ਕੇ ਕੁਮਤ ਧਰੰਤੇ ਸ਼ਰਾ ਵਿੱਚ ਪੱਕੇ ਸੀ ਜਿਹੜੇ ਖੋਟੀ ਮਤ ਧਾਰਨ ਵਾਲੇ ਹੁਣ ਹਮਸੋਂ ਬਹੁ ਜੰਗ ਮਚਾਏ ਫਿਰ ਸਾਡੇ ਨਾਲ ਲਿਹਾਜ਼ ਨਹੀਂ ਕੀਤੀ ਇਹਨਾਂ ਸ਼ਰਈ ਲੋਕਾਂ ਨੇ ਜੰਗ ਕੀਤਾ ਸਾਡੇ ਨਾਲ ਜੋ ਸਰਹੰਦ ਕੋ ਬਾਡ ਮਰਾਏ ਸਰਹੰਦ ਦਾ ਬੜਾ ਭਾਰੀ ਸੂਬਾ ਖਵਾਉਂਦਾ ਵਜੀਦਾ ਬਾਲਕ ਸਾਹਿਬਜ਼ਾਦੇ ਗਏ ਸਾਡੇ ਸਾਹਿਬਜ਼ਾਦੇ ਦੁੱਧ ਪੀਣ ਵਾਲੇ ਸਨ ਕੀ ਕਸੂਰ ਸੀ ਪਕੜ ਲਏ ਬਿਨਾਂ ਦੋਸ਼ ਸੰਘਾਰਨ ਚਾਹੇ ਬਿਨਾਂ ਕਸੂਰ ਤੋਂ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਇਤਿਹਾਦ ਕੁਮਰਾਬ ਮਲਾਨੇ ਹੋਰ ਵੀ ਤੇਰੇ ਜਿਹੜੇ ਰਾਜ ਵਿੱਚ ਬੜੇ ਬੜੇ ਮਲਾਣੇ ਸ਼ਰਈ ਕਾਜੀ ਤੇ ਅਮਰਾਬ ਸੂਬੇ ਹਨ ਜਿਨ੍ਹਾਂ ਕੋ ਕਰਮ ਜ਼ੁਲਮ ਕੋਠਾ ਨੇ ਜਿਨ੍ਹਾਂ ਨੇ ਬਹੁਤੇ ਖੋਟੇ ਕੰਮ ਕੀਤੇ ਜ਼ੁਲਮ ਕੀਤਾ ਬੜਾ ਭਾਰੀ ਪਾਠ ਪਾਠ ਨਾਰੇ ਔਚਕ ਕਹਿ ਲੀਜੈ ਸਾਡਾ ਹੁਕਮ ਹੈ ਤੇਰੇ ਤੇ ਸਾਰਿਆਂ ਨੂੰ ਆਪਣੇ ਪੁਲਿਸ ਦੇ ਬੰਦੇ ਫੌਜ ਦੇ ਬੰਦੇ ਭੇਜ ਕੇ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਬੰਦ ਬੰਦ ਕਰ ਹਮਕੋ ਦੀਜੈ ਸਾਰਿਆਂ ਦੇ ਮਾਰ ਪਾ ਪਾ ਕੇ ਬੇੜੀਆਂ ਸਾਨੂੰ ਸਾਡੇ ਸਾਹਮਣੇ ਹਾਜ਼ਰ ਕਰਦੇ ਉਹਨਾਂ ਨੂੰ ਤਿੰਨ ਕੋ ਸੂਰੀ ਦਹੇ ਕੇ ਫਾਸੀ ਅਸੀਂ ਉਹਨਾਂ ਨੂੰ ਚਾਹੇ ਫਾਸੀ ਚਾੜੀਏ ਚਾਹੇ ਸੂਰੀ ਤੇ ਦਈਏ ਲੈ ਪਲਟਾ ਹਮ ਕਰੇ ਬਨਾਸ਼ੀ ਅਸੀਂ ਉਹਨਾਂ ਨੂੰ ਬਦਲਾ ਲਵਾਂਗੇ ਮਾਰਨਾ ਚਾਹੁੰਦੇ ਹਾਂ ਤਿੰਨੋਂ ਕੋ ਕਰਮ ਕਮਾਇਓ ਜੈਸਾ ਜਿਵੇਂ ਉਹਨਾਂ ਨੇ ਗਊ ਗਰੀਬ ਦੀ ਰੱਖਿਆ ਨਹੀਂ ਕੀਤੀ ਬੜਾ ਭਾਰੀ ਖੂਨ ਚੂਸਿਆ ਹਿੰਦ ਵਾਸੀਆਂ ਦਾ ਸੰਕਟ ਸਹੇ ਪਾਏ ਫਲ ਤੈਸਾ ਉਹ ਜਾ ਉਹਨਾਂ ਨੂੰ ਅਸੀਂ ਫਲ ਦੇਣਾ ਚਾਹੁੰਦੇ ਹਾਂ ਉਹਨੂੰ ਦੁੱਖ ਪਾਉਣ ਲੈ ਪਰਲੋਕ ਨਾ ਧਰਮ ਵਿਚਾਰਿਓ ਉਹਨਾਂ ਨੇ ਪਰਲੋਕ ਵੀ ਨਹੀਂ ਦੇਖਿਆ ਆਪਣਾ ਇੱਥੇ ਵੀ ਆਪਦੇ ਧਰਮ ਦੀ ਕੋਈ ਗੱਲ ਨਹੀਂ ਕੀਤੀ ਤੁਰਕ ਹਿੰਦ ਸੰਤਨ ਗਹਿ ਮਾਰਿਓ ਬਹੁਤ ਸਾਰੇ ਤੁਰਕਾਂ ਨੇ ਹਿੰਦ ਵਾਸੀਆਂ ਦੇ ਸੰਤਾਂ ਨੂੰ ਵੀ ਮਾਰਿਆ ਪਕੜ ਪਕੜ ਕੇ ਤੀਰਥਾਂ ਤੋਂ ਸੋ ਪਲਟਾ ਹਮ ਲੈ ਹੈ ਪਾਏ ਉਹ ਅਸੀਂ ਬਦਲਾ ਲੈਣਾ ਚਾਹੁੰਦੇ ਹਾਂ ਬਾਦਸ਼ਾਹ ਇਹ ਸਵਾਲ ਹੈ ਤੇਰੇ ਸਾਹਮਣੇ ਕਰੋ ਨਾਸ਼ ਦੁਸ਼ਟਨ ਸਮੁਦਾਏ ਹਾਂਜੀ ਕਰੋ ਨਾਸ਼ ਦੁਸ਼ਟਨ ਸਮੁਦਾਏ ਹਾਂ ਕਸ਼ ਕਰੋ ਨਾਸ ਐਸੇ ਪਾਪੀ ਦੁਸ਼ਟਾਂ ਨੂੰ ਅਸੀਂ ਨਾਸ ਕਰਨਾ ਚਾਹੁੰਦੇ ਹਾਂ ਸੰਤ ਸ਼ਾਹੋ ਹਰਿਓ ਹੈ ਹੌਲਾ ਜਦੋਂ ਇਹ ਬਚਨ ਸਤਸੰਗ ਜੀ ਮਹਾਰਾਜ ਨੇ ਕਹੇ ਕਿ ਕਰਾ ਗ੍ਰਿਫਤਾਰ ਸਾਰਿਆਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਇਹਦਾ ਤਾਂ ਸਤਸੰਗ ਜੀ ਹਿਰਦਾ ਹੌਲ ਗਿਆ ਬਹਾਦਰ ਸ਼ਾਹ ਦਾ
और ठठंबर गया। चिंता वधी अदक नह बोला, बोल नहीं सकया महाराज दे सामने, चिंता बद गई। केतक चिर लाओ करी बेचारा, नीमी पाके किन्ना चिर विचार करदा रहा बहादुर शाह। कुन सतगुर के संग योचारा, फिर सोच के सतगुरा नु कहा, इसको उत्तर मैं फिर देऊं। ये जी मैं थोड़े सवाल दा जवाब कल नु देवांगा, निज मंत्री ने साथ गिन लेऊं। मैं अपने वजीरा ना राय कर लवां, इम कह टिकते कर विसर्जन। जो कह के महाराज नु विद्या कर दिता इसने, आन बराजे उपवंत अचन। सतगुरु जी बाग विच आ गए जिथे सिंह सूरमे सज रहे सी, पीछे सकल हकार सलाही। मगनो अपने सलाहकार अगले दिन सदे इसने बहादुर शाह ने, गुर की कही चिंत जुत परहा पराही। गुरु साहब दा वचन कहा होया चिंता दे सहत उन्हां दे मूहरे रख दिता, कि दसवें पातशाह कहंदे ने वजीदे हुणा नू, जेर दा सूबा लाहौरिया है, सरहंदिया सूबा वजीर खां है, होर जितने समाणे दा सिजद है, वह झूठे नंद वर्गे खत्री हैं जिन्हां ने बहुत सारा जुल्म किया, ऐसे काजी मराने शरई फतवे लाने वाले न्यों चढ़ने वास्ते यह जे लोग सी सानू पकड़ा दियो। ये दस्या बहादुर शाह कहिंदा दसवें पातशाह उन्होंने गिरफ्तार कराना मांगते हैं। ये कार्य बने आवे कैसे, दसो ये काम आप किवें करिए। बहादुर शाह वजीरां नू पुछदा, अब लो तेज ना पा मम ऐसे, हुणे ही मैनू राज प्राप्त होया, हरे सूबियां ते मेरा रोब भी नहीं है। गहो एक सूबा जिस काल, जिस समय एक सूबे नू मैं पकड़ के जेल सटिया जे, परे रौर सल्तन चला चाल। 21-22 सूबे हिंदुस्तान दे ने सारे रौला पैजू, बगावत मचजू, बिगड़ जाएंगे लश्कर पारे, फौजां भी बिगड़ जानगियां सारियां, एतबार बने नर सारे, सारे मेरे ते कोई एतबार नहीं करनगे, किसे सूरमियां दा एतबार नहीं रहना। जब सूबे बिगड़े लर परे, जब मेरे नाल लड़ पे सूबे बिगड़ गए थां थां ते, सब देश ने रौरा बिस्तरे, सारिया देशां च रौला पै जाऊ। कहो गुरु संग कही है कैसे, दसो फिर गुरु साहब हुण सवाल किवें पूरा करिए, कि मैं जवाब देइए महाराज नो। जे तेरे सहना रह रस ऐसे, डरदा भी है जिम्मे महाराज दे नाल प्रेम भी रहे, ते गुस्से बिना होण सतगुरु जी। जब अस चिंता सहत बखाना, जदों चिंता दे सहत वजीरा कोलों ए बात पुछी बहादुर शाह ने, मिल मंत्री न मंत्र को ठाना, सारे वजीरा ने रह कीती मिलके, शाह बहादुर को समझायो, समझाया बहादुर शाह नू, गुरसो कहने बन आयो, कहंदे तेनू रह दिने आ बादशाह, गुरु साहब नू ऐ कहना बने आउंदा, एक सम्मत लग कुछ ना कहिए, टाल दियो गुरु साहब नू, कहो महाराज एक साल हले तुसी टिके रहन दियो, एक साल दी मोहलत दे दियो, फिर थोड़ा बचन मन लवांगे। निश्चल हुक्म ना मेरो लहिया, अरे मेरी जड़ी हुकूमत है पक्की तरह जम्मी नहीं। जब टिक जाए तेज जग आछे, जदों मेरा तेज प्रताप सारे टिक जाऊ, सारे लोग इन मनणगे, उस वेले मैं दिल्ली दे तख्त ते बैठ के पुरबों सवाल आपके बाशे, जो तुसी चाहने हो थोड़े सवाल पूरे करांगा, फिर सरहंदीए सूबे नू भी लाहौर आले नू सारयां नू पकड़ांगा। इत्यादिक समझाए सदाए, क्यों वजीर राय दे के कि टाल दे महाराज जी नू, फिर देखी जाऊ जब साल आऊगा, ऐ एक साल दी मोहलत लै लै। गिनत गाथ दिन दोए बिताए, क्यों गिनदिया होया सतसंग जी विचारा करदिया दो दिन बतीत कीते, कौन सतगुर ने जी निकट बुलाए, फिर बेनती करके आप दे पास सदे बहादुर शाह ने दसवें पातशाह, है अरोह हवै कर तब आए, सतगुरु जी घोड़े ते सवार होके फिर कचहरी च आए, शाह ने मिन्यो सन्मान बिठाए, बादशाह ने सतसंग जी नमस्कार कीती, सत्कार ना कोले बहाले, हाथ जोड़ कर गाथ सुनाए, हाथ जोड़ के बेनती कीती, तुम प्रताप ते सल्तन पाई, हे महाराज जड़ी बादशाही मैनू प्राप्त होई है, ये सब थोड़ा प्रताप है, थोड़ी कृपा है, आस ना होए अब बिगर सो जाई, ऐसी ना होवे मारा मैनू बसा बादशाही प्राप्त होई है थोड़ी कृपा नाल, किते हथों ना खिसक जावे, इस डर ते एक बार खबतावो, इस डर तो मारा मैं कंबदा हां, कि मैं सूबियां नू गिरफ्तार किवें करा दियां, एक साल होर लंघ जान दियो, काजी मुल्ला नह गहवावो, काजी मुल्ला जेड़े बड़े भारी हुकूमत करदे ने साडे उत्ते, उन्हां नू मारा पकड़ाओ ना हले, सूबे बिगर भरेंगे सारे, सारे सूबे थां थां ते स्टेटां दे बिगड़ जाणगे, बेतवारी मोहे बिचारे, मैं बिचार लूंगा उन्हां ने मेरे ते इतवार नहीं करना, मैं उन्हां ते इतवार नहीं करना, सम्मत बीते रावर सवाल, एक साल बतीत हो जान दे,
फिर थोड़ा सवाल पूरा कर दूं। मैं पूरन कर हूं दरहाल। फिर छेती थोड़े बचन नू मन्नांगा। बनो ना बेमुख संग तिहारे, बनो ना बेमुख संग तिहारे। मैं वादा कर दूं जी, मैं थोतों बेमुख नहीं हुंदा। मैं जानो नी के उपकारे। मैं जानदा हिरदे च थोड़ा बड़ा भारी पर उपकार है। मैनू किने बादशाही देनी सी, ਹੁਣ ਨੂੰ ਕੰਧਾ ਮੈਂ ਕਬਰ ਚ ਦੱਬਿਆ ਪਿਆ ਹੁੰਦਾ। ਸੁਣ ਸ਼੍ਰੀ ਮੁਖ ਸਾਹਿਬ ਫਰਮਾਇਓ। ਸੁਭਾਈ ਮਾਨ ਮਾਰੇ ਸੁਣ ਕੇ ਇਹਦੇ ਬਚਨ ਨੂੰ ਕਿਹਾ, ਅਬ ਤੋਹੇ ਪਾਜ ਕਹਿਣ ਮਨ ਪਾਇਓ। ਮਹਾਰਾਜ ਕਹਿੰਦੇ ਭਾਈ, ਜਿਹੜਾ ਤੂੰ ਕਹਿਣਾ ਨਾ, ਇਹ ਤੇ ਝੂਠ ਬਚਨ ਬੋਲਦਾ, ਇਹਦੇ ਤੇਰੇ ਬਚਨਾਂ ਚ ਛਲ ਹੈ। ਇਸੀ ਹੇਤ ਹਮ ਲਿਖਤ ਕਰਾਈ। ਇਸੇ ਕਰਕੇ ਤੇਰੇ ਕੋਲੋਂ ਅਸੀਂ ਲਿਖਤ ਕਰਾਈ ਸੀ। ਪਹਿਲਾਂ ਤੂੰ ਮੁਕਰ ਗਿਆ ਸੀ ਮੂੰਹ ਨਾਲ ਜ਼ਬਾਨ ਕਰਕੇ, ਫਿਰ ਤੇਰੇ ਕੋਲੋਂ ਲਿਖਤ ਕਰਾਈ ਸੀ। ਤੇਰੇ ਹੱਥ ਦੀ ਲਿਖਤ ਸਾਡੇ ਪਾਸ ਹੈ। ਸਲਤਨ ਪਾਏ ਸੁਨਟ ਕਰ ਜਾਈ। ਸਾਨੂੰ ਪਤਾ ਸੀ ਵੀ ਬਾਦਸ਼ਾਹੀ ਪਾ ਕਰਕੇ ਇਸਨੇ ਸਾਡਾ ਸਵਾਲ ਪੂਰਾ ਨਹੀਂ ਕਰਨਾ, ਮੁੱਕਰ ਜਾਣਾ। ਤਉ ਫਰੇਬ ਲਿਖੇ ਪਰ ਕੀਨ। ਪਰ ਫੇਰ ਵੀ ਤੈਂ ਆਪਦੀ ਲਿਖਤ ਵੀ ਦੇ ਦਿੱਤੀ, ਫੇਰ ਵੀ ਤੂੰ ਫਰੇਬ ਝੂਠ ਬੋਲਦਾ, ਛਲ ਕਰਦਾ। ਤੈਂ ਇੱਕ ਸਵਾਲ ਨਾ ਹਮਰੋ ਦੀਨ। ਸਾਡਾ ਇੱਕ ਸਵਾਲ ਵੀ ਤੂੰ ਪੂਰਾ ਨਹੀਂ ਕੀਤਾ ਬਾਦਸ਼ਾਹ। ਤੁਰਕਨ ਤੇ ਹਮ ਸਲਤਨ ਨਾਸ਼ੀ। ਅਸੀਂ ਤੁਰਕਾਂ ਦੇ ਘਰ ਦੀ ਜਿਹੜੀ ਬਾਦਸ਼ਾਹੀ ਸੀ ਨਾਸ ਕਰ ਚੁੱਕੇ ਸੀ। ਜਦੋਂ ਸਤਸੰਗ ਜੀ ਰਾਏਕੋਟ ਆਪ ਜੀ ਗਏ ਹਨ, ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਸਾਰਾ ਸੁਣਿਆ। ਆਪ ਜੀ ਦੇ ਹੱਥ ਵਿੱਚ 3 ਫੁੱਟੀ ਤਲਵਾਰ ਸੀ ਨੰਗੀ, ਪਲੰਘ 'ਤੇ ਬੈਠੇ ਚਰਨ ਥੱਲੇ ਨੂੰ ਲਟਕਾਏ ਹੋਏ ਹਨ, ਕਾਹੀ ਦਾ ਬੂਟਾ ਸੀ ਥੱਲੇ, ਨਾਲੇ ਸਾਹਿਬਜ਼ਾਦਿਆਂ ਦੀ ਖਬਰ ਸੁਣੀ ਜਾਂਦੇ ਹੈ, ਨਾਲੇ ਨੀਵੀਂ ਪਾ ਕੇ ਸਤਸੰਗ ਜੀ ਕਾਹੀ ਦੇ ਬੂਟੇ ਨੂੰ ਤਲਵਾਰ ਦੀ ਨੋਕ ਨਾਲ ਹੌਲੀ ਹੌਲੀ ਖੁਰਚੀ ਜਾਂਦੇ ਹੈ, ਜਿਵੇਂ ਸਹਿਤ ਚਿੰਤਾ ਦੇ ਬੰਦਾ ਡੱਕਾ ਜਿਹਾ ਫੜ ਕੇ ਲਕੀਰਾਂ ਜਿਹਾ ਕੱਢਦੇ ਰਹਿੰਦੇ ਆ। ਕੁਦਰਤੀ ਉਹੋ ਜਿਹਾ ਸਤਸੰਗ ਜੀ ਤੌਰ ਬਣ ਜਾਂਦਾ ਸਰੀਰ ਦਾ। ਜਦੋਂ ਮਾਹੀ ਨੇ ਕਹਿ ਦਿੱਤਾ, ਸਾਕਾ ਸੁਣਾਉਣ ਵਾਲੇ ਨੇ ਮਹਾਰਾਜ, ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਮਹਾਰਾਜ ਜਿਉਂਵਾਂ ਚੜ ਕਰਕੇ ਸ਼ਹੀਦ ਕਰ ਦਿੱਤਾ। ਮਾਰੇ ਮਾਰ ਕੇ ਲੋਕ ਸਤਸੰਗ ਜੀ ਤਲਵਾਰ ਦੀ ਕਾਹੀ ਦੀ ਜੜ ਪੱਟ ਦਿੱਤੀ ਗੂਟਾ। ਕਹਿੰਦੇ ਲਓ ਭਾਈ, ਤੁਰਕਾਂ ਦੀ ਜੜ ਪੱਟੀ ਗਈ। ਉਸ ਵੇਲੇ ਰਾਏ ਕੱਲਾ ਰਜਵਾੜਾ ਸੀ ਜਿਹੜਾ ਰਾਏਕੋਟ ਦਾ ਕੋਲੇ ਬੈਠਾ ਸੀ, ਇਹ ਧਰਮਾਤਮਾ ਸੀ। ਕਹਿੰਦਾ ਮਹਾਰਾਜ, ਮੇਰੀ ਵੀ ਨਾਲੇ ਹੀ ਪੱਟੀ ਗਈ। ਕਹਿੰਦੇ ਭਾਈ, ਤੂੰ ਪਹਿਲਾਂ ਨਾ ਦੱਸਿਆ। ਕਹਿੰਦੇ ਮੈਨੂੰ ਕੀ ਪਤਾ ਸੀ ਤੁਸੀਂ ਤੁਰਕਾਂ ਦੀ ਜੜ ਪੱਟ ਦਿਓਗੇ। ਕਹਿੰਦੇ ਰਾਏ ਕੱਲੇ, ਹਲੇ ਕੋਈ ਕਸਰ ਰਹੇਗੀ? ਸਾਡੇ ਨਾਲ ਬੈਰ ਭਾਵ ਸੀ ਆਉਂਦੇ ਮੁਕਾਬਲੇ 'ਤੇ, ਇਹ ਤਾਂ ਕੈਰਾਂ ਬੁਝਦਿਨਾਂ ਦਾ ਕੰਮ ਹੈ, ਸਾਹਿਬਜ਼ਾਦਿਆਂ ਨੇ ਕੀ ਵਿਗਾੜਿਆ ਸੀ? ਕਹਿੰਦਾ ਮਹਾਰਾਜ, ਮੇਰੀ ਰੱਖਿਆ ਕਰੋ। ਕਹਿੰਦੇ ਆਹੀ ਸ੍ਰੀ ਸਾਹਿਬ ਲੈ ਲਾ, ਜਿੰਨਾ ਚਿਰ ਤੇਰੀ ਬੰਸ ਵਿੱਚ ਇਹਦਾ ਪੂਜਨ ਰਹੇਗਾ ਨਾ, ਤੈਨੂੰ ਤੱਤੀ ਹਵਾ ਨਹੀਂ ਲੱਗੇਗੀ। ਸੋ ਸਾਧ ਸੰਗਤ ਜੀ, ਉਹ ਸ੍ਰੀ ਸਾਹਿਬ ਦਾ ਜਿਹੜਾ ਪੂਜਨ, ਇਹ ਰਾਏ ਕੱਲੇ ਨੇ ਕਰਨਾ ਔਰ ਇਹਦੇ ਪੁੱਤ ਨੇ ਕਰਨਾ, ਉਹ ਪਿੱਛੇ ਕਥਾ ਆ ਚੁੱਕੀ ਹੈ। ਇੰਨਾ ਸਤਿਕਾਰ ਆਪਾਂ ਨੂੰ ਸ੍ਰੀ ਸਾਹਿਬ ਦਾ ਕਰਨਾ ਚਾਹੀਦਾ, ਸ਼ਸਤਰਾਂ ਦਾ ਖਾਲਸੇ ਨੂੰ। ਪੋਤੇ ਨੇ ਗੱਲ ਪਾ ਲਈ ਸਾਧ ਸੰਗਤ ਜੀ, ਕਾਜੀਆਂ ਦੇ ਕਹੇ 'ਤੇ ਆਪ ਵੀ ਮਾਰਿਆ ਗਿਆ, ਰਾਜ ਵੀ ਇਹਦਾ ਤਬਾਹ ਹੋ ਗਿਆ ਸੀ। ਸੋ ਮਹਾਰਾਜ ਕਹਿੰਦੇ, ਅਸੀਂ ਜੜ ਤਾਂ ਪੱਟ ਚੁੱਕੇ ਸੀ ਤੁਰਕਾਂ ਦੀ, ਪਰ ਤੂੰ ਸ਼ਰਨ ਲੈ ਲਈ ਨੰਦ ਲਾਲ ਦੁਆਰਾ, ਤਾਂ ਤੈਨੂੰ ਦੁਬਾਰਾ ਬਾਦਸ਼ਾਹੀ ਦਿੱਤੀ ਸੀ, ਤੂੰ ਫੇਰ ਮੁਕਰਨਾ ਹੈ ਆਪਦੇ ਪਿਓ ਵਾਂਗੂ। ਦੀਨ ਹੋਏ ਲੀਨ ਸਨਿਜ ਪਾਸੀ। ਤੂੰ ਸਾਡੇ ਕੋਲੋਂ ਨਿਮਰਤਾ ਦੇ ਨਾਲ ਦੁਬਾਰਾ ਬਾਦਸ਼ਾਹੀ ਲਈ ਆ ਬਹਾਦਰ ਸ਼ਾਹ। ਤੂੰ ਨਾ ਹਮ ਸੋ ਉਤਰਿਓ ਪੂਰਾ। ਪਰ ਸਾਡੇ ਨਾਲ ਪੂਰਾ ਨਹੀਂ ਉਤਰਿਆ, ਤੂੰ ਬਚਨਾਂ ਦਾ ਸੂਰਾ ਨਹੀਂ ਹੈ। ਦਿਓ ਨਾ ਦੈਬੇ ਕਹਿਓ ਜ਼ਰੂਰਾ। ਜੋ ਅਸੀਂ ਕਿਹਾ ਸੀ ਬਚਨ ਉਹ ਦਿੱਤਾ ਨੀ, ਪੂਰਾ ਨੀ ਕੀਤਾ। ਇਹ ਤੋ ਦੇਣ ਹੇਤ ਵਡਿਆਈ। ਇਹ ਤਾਂ ਤੈਨੂੰ ਅਸੀਂ ਵਡਿਆਈ ਦੇਣੀ ਸੀ। ਚੈਤਕਾਰ ਤੁਜ ਸੋ ਬਣਿਆ ਬਨਵਾਈ। ਤੇਰੇ ਕੋਲੋਂ ਕੰਮ ਕਰਾਉਣਾ ਚਾਹੁੰਦੇ ਸੀ, ਤੈਨੂੰ ਵਡਿਆਈ ਦੇਣੀ ਚਾਹੁੰਦੇ ਸੀ। ਭਾਗ ਬਖੈ ਇਹ ਨਹੀਂ ਚੰਗਾ, ਇਹ ਵਡਿਆਈ ਤੇਰੇ ਕਰਮਾਂ ਚ ਨਹੀਂ। ਸਮਝ ਦੇਖ ਆਪਣੇ ਚਿੱਤ ਸਹੀ। ਹੁਣ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ। ਅਬ ਇੱਕ ਐਸੋ ਸਿੱਖ ਬਣਾਵੋ, ਅਸੀਂ ਇਹੋ ਜਿਹਾ ਇੱਕ ਸਿੰਘ ਬੰਦਾ ਤਿਆਰ ਕਰਾਂਗੇ। ਜਗ ਮੈਂ ਦੇ ਕਰ ਤੇਜ ਵਧਾਵੋ, ਜਗ ਦੇ ਵਿੱਚ ਉਸਨੂੰ ਤੇਜ ਪ੍ਰਤਾਪ ਦੇਵਾਂਗੇ, 5 ਤੀਰ ਬਖਸ਼ਾਂਗੇ। ਜੈ ਜੈ ਦੋ ਕੀ ਕੂਰ ਕੁਚਾਲੇ। ਜਿੱਥੇ ਖੋਟੀ ਚਾਲ ਚੱਲਣ ਵਾਲੇ, ਗੁਰੂ ਘਰ ਨਾਲ ਦੋਸ਼ ਈਰਖਾ ਕਰਨ ਵਾਲੇ ਝੂਠੇ ਤੁਰਕ ਹੋਣਗੇ, ਤੈਂ ਤੈਂ ਪਹੁੰਚੇ ਬਹੁ ਬਲ ਨਾਲੇ। ਬੜੇ ਬਲ ਦੇ ਨਾਲ, ਖਾਲਸੇ ਦੇ ਦਲ ਨਾਲ ਉੱਥੇ ਪਹੁੰਚੇਗਾ ਉਹ ਪੰਜਾਬ 'ਚ। ਜੋ ਸੂਬੇ ਮੁੱਲਾਂ ਬਹੁਤ ਤੇਰੇ, ਜਿਹੜੇ ਤੇਰੇ ਬੜੇ ਭਾਰੀ
मरतबे तेरे प्यो ने दे दे के बड़े बनाए ना सूबे ते मुला करे संघारन सब एक बेरे सारिया नु एक बेरी मड़िया मेट कर देवेगा सब सल्तन को गर्द मिलावे तेरी बादशाही पंजाब दी है जी गर्द विच मेड़ के रख दू नै लश्कर ठहर न को पावे तेरी फौज भी ओदे मुकाबले ते ठहरेगी नहीं ना सूबिया दी फौज जिन जिन हमसो जुल्म कमायो जिन्ना जिन्ना ने गुरु घर नाल जुल्म कीता हिंदन सो बहु बैर बढ़ायो हिंद वासियां नाल हुण होया ही बैर कीता होर हर ग्राम देश गन जेते बड़े छोटे पिंड जितने हन देश विच उठे अपदर नाशे तेते अही जी नेरी आवेगी उपद्र उठणगे सारे नास हो जाणगे आदि सरहंद बसे समदाया अज दी घड़ी तू देखदा बारह कुछ सरहंद बसदी है बड़े बड़े शहर समाणा आदिक करे उजार लुटे नरक आया एह जा साडा सूरमा सिंह बंदा सिंह बहादुर होवेगा सारे मलेशा नू मार के फतेह लवेगा लाखों उपर अपदा पर एक ते नहीं लखां दे उत्ते बिपता आ जावेगी असी चाहुंदे सी भी लखां ते बिपता ना आवे चुनमे चुनमे फड़के मार दिए मैं समरंथ जो इस पर हरै उस वेले कोई तेरे समेत शक्ति नहीं रखेगा जेड़ा उसनू मार सके बंदे बहादुर नू उजरे देश न राखा कोई कोई राखा नहीं होवेगा बहादुर शाह उजड़ जाएगा पंजाब देश अब ऐसी गत निश्चय होए हुण असी समझ लिया यही इस तरह का भाणा वरतेगा साहिब जादे जिन संगारे जिस पापी ने साहिब जादे साडे शहीद किते जिसको गैसो करे प्रहारे उसनू पकड़ के चप्पड़ची दे मैदान विच मारेगा इत्यादिक पलटा सब लै है जो साडा सिंह बदला लवेगा जाके निज दृग देखो नह सफल है हाँ तू अखी देखदा रह जाएगा तू सफला नहीं हो सकेगा जोर ला ली तेरिया फौजा उथे बल नहीं पा सकन गिया इम कह सतगुर रिस कुछ करे जो कह के महाराज ने को गुस्सा धारिया वीर रस उठे आए निज है पर चरे आप जी उठ पकड़े बहादुर शाह कोलो घोड़े ते सवार होके आ गए निज डेरे में चल कर आए अपने आसन ते आ गए सच्चे पातशाह जिथे खालसा दल उतरिया होया सी आगरे बाग विच दिन केतक तैं और बिताए कितने के दिन होर बतीत कीते साहो संचित संचिंत अदक होए रहो बादशाह नु तां रात नु नींद नहीं आउंदी सहत चिंता दे हो गया कहिंदा ओहो की बनूगा मैं हुण परशन नहीं मारा दा सवाल नहीं पूरा कर सकिया पता नहीं किथे होर गड़बड़ हो जानी है गुर के संग नहीं कुछ कहो फिर महाराज नु कुछ इसने बोलिया नहीं जानी इस कहा मौन मुख तारी की कहदा की पता भक्त नु की होना चुप धार ली बादशाह ने निज सचवन के साथ उचारी अपने वजीरा नु कहन लग गया भी हुण किवें करिए कोई किसे पासे कंडे गल लगी नहीं है ऐ चिंतित होया सो सतसंग जी इत्थे समा सुकून होया भुन्ना चुका माफ करनिया अगे जिमें सतसंग जी आप इस वेले बहादुर शाह ने महाराज तो फिर भी आग्या पा करके राजपूताने आदि दक्षण वल नू अपनी फौज लैके धाक पाउण वास्ते दबदबा करन वास्ते जाना है महाराज नू कहेगा चलो महाराज मेरे नाल सतगुरु जी कहते कोई नहीं भाई आवांगे असीं भी दक्षण नहीं आउणा बरखा रुत लंघ चुकी है दशहरे दा पुरब आ रहा है असीं शस्त्र पूजन करके आवांगे जिहड़ी कि पूजा खालसे तो खत्म हो गई है सतसंगत जी जिते शस्त्र नामंग नमस्कार तामंग जिते अस्त्र भेयंग नमस्कार तेयंग सच्चे पातशाह ने नौ नराते दसवां दशहरा इस दसम दे पिछों सतसंग जी नाले चंडी दी वार दे बेअंत पाठ नाले शस्त्रां नू सतसंग जी धूप दीप आदि करनी शस्त्रां दा पूजन करके फिर आप जी आगरे तो सतसंग जी दक्खण नू चाले पाउणगे ਇਹ ਕਥਾ ਸਤਸੰਗ ਜੀ ਅਗਲੇ ਧਿਆਵਾਂ 'ਚ ਆਵੇਗੀ ਵਿਚਾਰਾਂਗੇ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨ ਭਾਈ ਆਪਣੀਆਂ ਘੜੀਆਂ ਲਿਖੇ ਲਾਉਣ ਰਾਗੀ ਸਿੰਘ ਜੀ ਹਾਜ਼ਰ ਨੇ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਧਰਮ